ਸਰਨਾਲੇਸ ਵੇਲੇ ਹਲਕਾ ਆਤਮਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਕੜਵਲ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਆਏ ਸੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤੁਹਾਡੇ ਮੁਤਾਬਕ ਪਿਛਲੇ 5 ਸਾਲਾਂ ਦੇ ਵਿੱਚ ਜਾਂ ਕਹਿ ਲਈਏ ਪਿਛਲੇ 10 ਸਾਲਾਂ ਦੇ ਵਿੱਚ ਕਿਉਂਕਿ ਸਿਮਰਜੀਤ ਬੈਂਸ ਇਸ ਹਲਕੇ ਤੋਂ ਵਿਧਾਇਕ ਨੇ ਕਿੰਨਾ ਕੁ ਵਿਕਾਸ ਹੋਇਆ ਸੋ ਬਦਕਿਸਮਤੀ ਰਹੀ ਆ ਪਿਛਲੇ 10 ਸਾਲ ਦੇ ਵਿੱਚ ਆਤਮਨਗਰ ਹਲਕੇ ਦੇ ਵਿੱਚ ਐਮਐਲਏ ਬੋਰਡਾਂ ਦੇ ਉੱਤੇ ਲਾਉਣ ਲਈ ਇਹਨਾਂ ਕੋਲ ਇੱਕ ਵੀ ਸ਼ਬਦ ਐਸਾ ਨਹੀਂ ਜਿਹੜਾ ਲੋਕਾਂ ਨੂੰ ਇਹ ਜਵਾਬ ਦੇ ਸਕਣ। ਸੋ ਵਿਰੋਧੀ ਤਾਂ ਚਲੋ ਹਮੇਸ਼ਾ ਗੱਲ ਕਰਦਾ ਅਸੀਂ ਤਾਂ ਵਿਰੋਧੀ ਧਿਰ ਦੇ ਵਿੱਚ ਆ। ਅਸੀਂ ਤਾਂ ਗੱਲ ਕਰਾਂਗੇ ਵੀ ਇਹਨਾਂ ਨੇ ਕੁਝ ਨਹੀਂ ਕੀਤਾ। ਪਰ ਉਹ ਤਾਂ ਕੁਝ ਦੱਸ ਸਕਦੇ ਆ ਨਾ ਵੀ ਅਸੀਂ ਕੀ ਕੀਤਾ। ਅੱਜ ਬੋਰਡ ਕਿਹੜੇ ਲਾਏ ਜਾ ਰਹੇ ਨੇ? ਕੋਈ ਦਫ਼ਤਰ ਦੇ ਵਿੱਚ ਭੀੜ ਆ, ਉਹਦਾ ਬੋਰਡ ਲਾ ਲਿਆ। ਕੋਈ ਦਫ਼ਤਰ 'ਚ ਕੋਈ ਕਿਸੇ ਦੀ ਧੀ ਉੱਤੋਂ ਦਾ ਫੈਸਲਾ ਕਰਾਉਣਾ ਹੈ, ਉਹਦਾ ਬੋਰਡ ਲਾ ਲਿਆ। ਪਿਛਲੇ ਸਮਿਆਂ ਦੇ ਵਿੱਚ ਪਾਟੇ ਹੋਏ ਕੱਪੜਿਆਂ ਦੇ ਬੋਰਡ ਲਾ ਕੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਵੋਟਾਂ ਲੈ ਲੀਆਂ। ਸੋ ਉਸੇ ਤਰੀਕੇ ਆਸੇ ਇਸ ਵਾਰ ਵੀ ਕਰਨ ਦਾ ਯਤਨ ਕਰਦੇ ਆ ਰਹੇ ਨੇ ਪਰ ਜਿਹੜਾ ਐ ਕਿ ਲੋਕਾਂ ਦੇ ਜਿਹੜੇ ਭਰੇ ਪਏ ਨੇ ਲੋਕ ਭਰੇ ਭੀਤੇ ਪਏ ਆ ਵੀ ਅੱਜ ਕੀ ਮੈਨੂੰ ਇਹ ਲੱਗਦਾ ਵੀ ਜਿਹੜੇ ਹਾਲਾਤ ਇਹ ਨੇ ਵੀ ਥੱਲੇ ਵਾਲੇ ਪਾਸੇ ਉਹਨਾਂ ਕਿਤੇ ਨੰਬਰਾਂ 'ਚ ਆ ਜਾਣ ਜਿਹੜੇ ਉੱਤੇ ਵਾਲੇ ਪਾਸੇ ਦਾ ਕੋਈ ਹਾਲਾਤ ਇਹਨਾਂ ਦੇ ਦੇਖ ਨਹੀਂ ਰਿਹਾਗੇ ਸੋ ਕਾਂਗਰਸ ਪਾਰਟੀ ਨੇ ਜਿੰਨੇ ਆਪਣੇ ਕੋਲ ਨਹੀਂ ਹੋ ਸਕਿਆ ਸਾਡੀ ਕਾਉਂਸਲਰ ਦੀ ਟੀਮ ਨੇ ਉਹਨਾਂ ਨੇ ਆਪਣੇ ਵਾਰਡ ਜਿਹੜੇ ਆ ਉਹ ਸਾਰੇ ਜਿਹੜੇ ਠੀਕ ਕਰ ਲਏ ਪਰ ਜਿਹੜੇ ਮੇਨ ਰੋਡ ਦੇ ਉੱਤੇ ਕਈ ਐਸੇ ਕੰਮ ਨੇ

ਪਰ ਕੜਵਲ ਦੀ ਜਿਹੜੀ ਆ ਦਿੱਤਾ ਉਹ ਜਦੋਂ ਲੋਕਾਂ ਨੇ ਬਣਾਇਆ ਉਹਨਾਂ ਦੇ ਉਸ ਪ੍ਰੋਬਲਮ ਵਾਲੀ ਜਗ੍ਹਾ ਤੇ ਪਹੁੰਚਿਆ ਉਸ ਤਕਲੀਫ ਨੂੰ ਹਮੇਸ਼ਾ ਦੂਰ ਕਰਨ ਦਾ ਯਤਨ ਕੀਤਾ ਤੇ ਜੇ ਇਹਦੀ ਜਗ੍ਹਾ ਅਸੀਂ ਐਮਐਲਏ ਹੁੰਦੇ ਇਹਨੂੰ ਦੱਸਦੇ ਕੰਮ ਹੁੰਦਾ ਕਿਵੇਂ ਆ 115 ਨੂੰ ਐਮਐਲਏ ਨੂੰ ਕੰਮ ਸਿਖਾਉਣ ਦੀਆਂ ਗੱਲਾਂ ਕਰਦੇ ਹੁੰਦੇ ਸੀ ਪਰ ਇਹਨਾਂ ਨੇ ਲੋਕਾਂ ਦਾ ਨਹੀਂ ਵਿਕਾਸ ਕੀਤਾ ਇਹਨਾਂ ਦੀ 10 ਸਾਲ ਪਹਿਲਾਂ ਦਾ ਘਰ ਦੀ ਵੀ ਇੱਕ ਵੀਡੀਓ ਬਣਾ ਲਿਓ ਇੱਕ ਉਹਨਾਂ ਨੂੰ ਕੋ ਨਵਾਂ ਘਰ ਦਿਖਾ ਦਿਓ ਤਾਨੂੰ ਪਤਾ ਲੱਗ ਜੂ ਵਿਕਾਸ ਹੋਇਆ ਕਿੱਥੇ ਸੋ ਵਿਕਾਸ ਆਪਣਾ ਹੋਇਆ ਲੋਕਾਂ ਦਾ ਨਹੀਂ ਹੋਇਆ ਕੜਵਲ ਸਾਹਿਬ ਤੁਹਾਡੇ ਮੁਤਾਬਕ ਹਲਕੇ ਦੇ ਵਿੱਚ ਕਿਉਂਕਿ ਤੁਸੀਂ ਵੀ ਇਸ ਵਾਰ ਇਲੈਕਸ਼ਨ ਲੜ ਰਹੇ ਹੋ ਹਲਕੇ ਦਾ ਸਭ ਤੋਂ ਵੱਡਾ ਮੁੱਦਾ ਕਿਹੜਾ ਸੋ ਭਾਜੀ ਇੱਥੇ ਬੜੀ ਦੁੱਖ ਵਾਲੀ ਗੱਲ ਹੈ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਸਾਫ਼ ਮਿਲਦਾ ਪੰਜਾਬੌਰ ਪੰਜਾਬੀਅਤ ਦੀ ਪਰਛਾਈ ਅਬ ਦੇਖੇ ABP ਸੰਝਾ टाटा स्काई चैनल नंबर वन नाइन टू नाइन एबीपी सांझा देखने के लिए अपने केबल ऑपरेटर से अभी संपर्क करें एबीपी सांझा जोश जज्बा जनु